ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਪ੍ਰੇਮ ਦੁਆਰਾ ਜਿਨ੍ਹਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ, ਹੁਣ ਉਹਨਾਂ ਦਾ ਨਿਸ਼ਚਾ ਕਿੰਨਾ ਹੁੰਦਾ ਹੈ। ਉਹ ਪਰਮੇਸ਼ਰ ਨੂੰ ਸਰਬ ਰੂਪ ਕਰਕੇ ਕਥਨ ਕਰਦੇ ਨੇ, ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਪਰਮੇਸ਼ਰ ਦੀ। ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਅਸ਼ਟਪਦੀਆਂ ਉਚਾਰਨ ਕਰ ਰਹੇ, ਤੀਸਰੀ ਅਸ਼ਟਪਦੀ ਹੈ ਇਹ 54 ਅੰਗ ਤੇ। ਆਪੇ ਗੁਣ ਆਪੇ ਕਥਾ ਆਪੇ ਸੁਣ ਵਿਚਾਰ, ਜਿਨ੍ਹਾਂ ਨੂੰ ਪ੍ਰਾਪਤੀ ਹੋਊਗੀ ਉਹਨਾਂ ਦਾ ਨਿਸ਼ਚਾ ਕਿੰਨਾ ਹੁੰਦਾ। ਕਹਿੰਦੇ ਹੇ ਵਾਹਿਗੁਰੂ, ਤੂੰ ਆਪ ਹੀ ਗੁਣ ਰੂਪ ਹੈ, ਆਪ ਹੀ ਗੁਣਾਂ ਦੇ ਕਥਨ ਕਰਨ ਵਾਲਾ ਹੈ, ਆਪ ਹੀ ਵਿਚਾਰ ਪੂਰਵਕ ਉਹਨਾਂ ਨੂੰ ਸੁਣਨ ਵਾਲਾ ਹੈ। ਮੇਰੇ ਵਿੱਚ ਵੀ ਤੂੰ ਹੈ, ਉਹਦੇ ਵਿੱਚ ਵੀ ਤੂੰ ਹੈ, ਤੀਜੇ ਵਿੱਚ ਵੀ ਤੂੰ ਹੈ, ਚੌਥੇ ਵਿੱਚ ਵੀ ਤੂੰ ਹੈ, ਹਰ ਇੱਕ ਚ ਤੂੰ ਹੈ। ਉਹਨਾਂ ਦਾ ਨਿਸ਼ਚਾ ਹੀ ਆਮ ਬਣ ਗਿਆ। ਉਹ ਸਹਿਜ ਅਵਸਥਾ ਵਿੱਚ ਆ ਜਾਂਦੇ ਨੇ, ਕਾਹਲ ਨਹੀਂ ਕਰਦੇ। ਹੁਣ ਕਾਹਲੀ ਮਿਟ ਗਈ ਉਹਨਾਂ ਦੀ, ਉਹ ਦੁਨੀਆਂ ਵਾਂਗ ਨਹੀਂ ਭੱਜੇ ਫਿਰਦੇ। ਬਹੁਤ ਧੀਮੀ ਗਤੀ, ਸਹਿਜ ਅਵਸਥਾ, ਸ਼ਾਂਤੀਪੂਰਵਕ ਜੀਵਨ ਨੂੰ ਬਤੀਤ ਕਰਦੇ ਨੇ। ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ, ਇਹ ਵਾਹਿਗੁਰੂ ਤੁਸੀਂ ਆਪ ਹੀ ਵੈਰਾਗ ਰੂਪ ਜਾਂ ਨਾਮ ਰੂਪ ਰਤਨੋ, ਆਪ ਹੀ ਪਰਖਣੇ ਵਾਲੇ ਗੁਰੂ ਰੂਪੋ, ਅਤੇ ਆਪ ਹੀ ਅਪਾਰ ਮੋਲ ਹੁੰਦਾ ਬੇਅੰਤ ਸ਼ਰਧਾ ਰੂਪ ਹੋ। ਸਾਚਾ ਮਾਨ ਮਹੱਤ ਤੂੰ ਆਪੇ ਦੇਵਨਹਾਰ, ਹੇ ਵਾਹਿਗੁਰੂ ਮਾਨ ਸਨਮਾਨ ਤੇ ਮਹੱਤ ਮਰਾਤਬਾ ਰੂਪ ਵੀ ਤੁਸੀਂ ਆਪ ਹੀ ਹੋ, ਅਤੇ ਆਪ ਹੀ ਆਪਣੇ ਦਾਸਾਂ ਨੂੰ ਮਾਨ ਤੇ ਮਰਾਤਬਾ ਦੇਣ ਵਾਲੇ ਹੋ। ਮਾਣ ਵਡਿਆਈ ਦੇਣ ਨੂੰ ਤੁਹਾਨੂੰ ਦੇਰ ਨਹੀਂ ਲੱਗਦੀ, ਜਦ ਚਾਹੋ ਤਾਂ ਸੇਵਕਾਂ ਨੂੰ ਮਾਣ ਵਡਿਆਈ ਦੇ ਦਿੰਦੇ ਹੋ। ਹਰ ਜੀਓ ਤੂੰ ਕਰਤਾ ਕਰਤਾਰ, ਹੇ ਹਰ ਜੀਓ ਪਰਮੇਸ਼ਰ ਜੀ ਤੁਸੀਂ ਆਪ ਹੀ ਸਾਰਿਆਂ ਦੇ ਕਰਤੇ ਹੋ, ਆਪ ਹੀ ਸਾਰਿਆਂ ਦੇ ਹੱਥ ਵਿੱਚ, ਸੋ ਆਪ ਜੀ ਦੇ ਹੱਥ ਵਿੱਚ ਸਾਰੇ ਜੀਵਾਂ ਦੀ ਖਾਣ ਪੀਣ ਦੀ ਤਾਰ ਪਕੜੀ ਹੋਈ। ਕਰ ਤਾਰ, ਇਸੇ ਕਰਕੇ ਤੁਹਾਡਾ ਨਾਮ ਕਰਤਾਰ ਆਖਿਆ ਜਾਂਦਾ। ਜਿਉਂ ਭਾਵੈ ਤਿਉਂ ਰਾਖ ਤੂੰ, ਹਰ ਨਾਮ ਮਿਲੈ ਆਚਾਰ ਰਹਾਓ, ਜਿਵੇਂ ਤੁਹਾਨੂੰ ਪਾਉਂਦਾ ਉਵੇਂ ਕਿਰਪਾ ਕਰਕੇ ਤੂੰ ਰੱਖਦਾ, ਪਰ ਮੇਰੇ ਤੇ ਕਿਰਪਾ ਕਰੋ, ਮੈਨੂੰ ਹਰੀ ਨਾਮ ਜਪਣ ਦਾ ਆਚਾਰ ਤੋਂ ਹੁੰਦਾ ਕਰਤੱਬ ਮਿਲੇ। ਇਹ ਕਰਤੱਬ ਨੂੰ ਮੈਂ ਕਮਾਉਂਦਾ ਹੀ ਰਹਾਂ, ਹਰੀ ਨਾਮ ਜਪਣ ਦਾ ਕਰਤੱਬ ਕਰਦਾ ਹੀ ਰਹਾਂ। ਦੂਜੀ ਗੱਲ ਮੇਰੇ ਮਨ ਚ ਨਾ ਆਵੇ, ਨਾ ਮੇਰਾ ਫੁਰਨਾ ਬਣੇ, ਕੋਈ ਨਾ ਸੰਕਲਪ ਬਣੇ, ਇੱਕ ਨਾਮ ਦਾ ਫੁਰਨਾ ਹੀ ਦੇ ਦਿਓ, ਕਿਰਪਾ ਕਰਕੇ ਰਹਾਓ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ, ਤੂੰ ਆਪ ਹੀ ਨਿਰਮਲ ਹੀਰਾ ਨਾਮ ਰੂਪ ਹੈ, ਆਪ ਹੀ ਮਜੀਠਾ ਰੰਗ ਹੈ, ਭਗਤੀ ਰੂਪ ਹੈ। ਆਪੇ ਮੋਤੀ ਉਜਲੋ ਆਪੇ ਭਗਤ ਬਸੀਠ, ਤੂੰ ਆਪ ਹੀ ਉਜਲ ਮੋਤੀ ਭਾਵ ਤੀਬਰ ਵੈਰਾਗ ਰੂਪ ਹੈ, ਅਤੇ ਆਪ ਹੀ ਭਗਤਾਂ ਰੂਪੀ ਵਕੀਲ ਹੈ। ਬਸੀਠ ਤੋਂ ਭਾਵ ਵਕੀਲ ਹੁੰਦਾ ਵਿਚੋਲਾ, ਭਗਤੀ ਦੇ ਕਰਾਉਣ ਵਾਲਾ ਗੁਰੂ ਰੂਪੀ ਵਿਚੋਲਾ ਵੀ ਤੂੰ ਆਪ ਹੀ ਹੈ। ਗੁਰ ਕੈ ਸ਼ਬਦ ਸਲਾਹਣਾ ਘਟ ਘਟ ਡੀਠ ਅਡੀਠ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਸਲਾਹਣਾ ਕੀਤਾ ਨਾ, ਉਹਨਾਂ ਨੇ ਸਾਰਿਆਂ ਦਿਲਾਂ ਦਿਲਾਂ ਵਿੱਚ ਅਡੀਠ ਤੋਂ ਭਾਵ ਪਰਮਾਤਮਾ ਨੂੰ ਡੀਠ ਹੁੰਦਾ ਦੇਖ ਲਿਆ। ਘਟ ਘਟ ਡੀਠ ਅਡੀਠ, ਅਡੀਠ ਹੁੰਦਾ ਜਿਹੜਾ ਨਾਂ ਦੇਖੇ, ਠੱਠੇ ਨੂੰ ਔਂਕੜ ਲਾ ਕੇ ਬਣਾਇਆ ਪਰਮਾਤਮਾ, ਉਹ ਡੀਠ ਅਸੀਂ ਦੇਖ ਲਿਆ ਦਿਲਾਂ ਦਿਲਾਂ ਦੇ ਵਿੱਚ। ਆਪੇ ਸਾਗਰ ਬੋਹੇ ਥਾ ਆਪੇ ਪਾਰ ਅਪਾਰ, ਤੂੰ ਆਪ ਹੀ ਪ੍ਰਤੱਖ ਸਮੁੰਦਰ ਰੂਪ ਹੈ ਤੇ ਜਹਾਜ਼ ਰੂਪ ਹੈ, ਆਪ ਹੀ ਪਰਲਾ ਕਿਨਾਰਾ ਹੈ, ਆਪ ਹੀ ਔਰ ਵਾਰਲਾ ਕਿਨਾਰਾ ਰੂਪ ਹੈ, ਤੂੰ ਆਪ ਹੀ ਸੰਸਾਰ ਰੂਪ ਸਮੁੰਦਰ ਹੈ, ਆਪ ਹੀ ਨਾਮ ਰੂਪ ਜਹਾਜ਼ ਹੈ, ਅਤੇ ਆਪ ਹੀ ਪਰਲਾ ਕਿਨਾਰਾ ਗਿਆਨ ਹੈ, ਔਰ ਵਾਰਲਾ ਕਿਨਾਰਾ ਵੈਰਾਗ ਰੂਪ ਹੈ, ਤੇ ਔਰ ਵਾਰਲਾ ਕਿਨਾਰਾ ਨਰਕ ਤੇ ਪਾਰਲਾ ਕਿਨਾਰਾ ਮੋਕਸ਼ ਰੂਪ ਵੀ ਆਪ ਹੀ ਹੈ। ਸਾਚੀ ਵਾਟ ਸੁਜਾਣ ਤੂੰ ਸ਼ਬਦ ਲੰਘਾਵਣ ਹਾਰ, ਤੂੰ ਆਪ ਹੀ ਸੱਚੀ ਭਗਤੀ ਰੂਪ ਵਾਟ ਦੇ ਵਿਖਾਉਣੇ ਨੂੰ ਚਤਰ ਸਰੂਪ ਹੈ, ਸੁਜਾਣ ਹੈ, ਭਗਤੀ ਰੂਪ ਰਸਤਾ ਵੀ ਆਪ ਹੀ ਦਿਖਾਉਣਾ ਤੂੰ, ਅਤੇ ਸ਼ਬਦ ਰੂਪ ਅਨੁਕੂਲੀ ਪਾਉਣ ਦੇ ਕਰਕੇ ਫਿਰ ਪਾਰ ਲੰਘਾਉਣ ਵਾਲਾ ਵੀ ਗੁਰੂ ਰੂਪ ਮਲਾਹ ਵੀ ਆਪ ਹੀ ਹੈ। ਪੁਰਾਣੀਆਂ ਕਿਸ਼ਤੀਆਂ ਜਿਵੇਂ ਵੱਡੇ ਵੱਡੇ ਕੱਪੜੇ ਜੇ ਬੰਨ ਦਿੰਦੇ ਸੀ, ਉਹ ਹਵਾ ਦੇ ਨਾਲ ਕਿਸ਼ਤੀਆਂ ਤੁਰਦੀਆਂ ਸੀ, ਉਹ ਪ੍ਰਮਾਣ ਦਿੱਤਾ। ਸ਼ਬਦ ਰੂਪ ਅਨੁਕੂਲੀ ਪਾਉਣ ਦੇ ਕੇ ਪਾਰ ਲੰਘਾਉਣ ਵਾਲਾ ਆਪ ਹੈ, ਮਲਾਹ ਵੀ ਤੂੰ ਆਪ ਹੀ ਹੈ। ਸ਼ਬਦ ਦੀ ਪਾਉਣ ਚਲਾ ਦਿੰਦਾ, ਭਗਤੀ ਦਾ ਮਾਰਗ ਆਪਣੇ ਪਿਆਰਿਆਂ ਨੂੰ ਦਿਖਾਉਣ ਵਾਲਾ ਸਿਆਣਾ ਆਪ ਹੈ ਤੂੰ। ਨਿਡਰਿਆ ਡਰ ਜਾਣੀ ਹੈ ਵਾਜ ਗੁਰੂ ਗੁਬਾਰ, ਸ਼ਾਸਤਰਾਂ ਦੁਆਰੇ ਜਾਣੀਦਾ ਜਿਹੜੇ ਪੁਰਸ਼ ਨਿਡਰ ਹਨ,
ਭਾਵ ਤੇਰੇ ਡਰ ਤੋਂ ਰਹਿਤ ਨੇ, ਤੇਰਾ ਡਰ ਨਹੀਂ ਮੰਨਦੇ, ਉਹਨਾਂ ਨੂੰ ਜਮਾਂ ਦਾ ਡਰ ਰਹਿੰਦਾ ਹਮੇਸ਼ਾ। ਕਿਉਂਕਿ ਗੁਰਾਂ ਤੋਂ ਬਿਨਾਂ ਗਿਆਨ ਰੂਪ ਹਨੇਰਾ ਜਿਹੜਾ ਬਣਿਆ ਹੀ ਰਹਿੰਦਾ ਉਹਨਾਂ ਦੇ ਅੰਦਰ। ਜਿਹੜੇ ਤੇਰੇ ਡਰ ਨੂੰ ਮੰਨਦੇ ਨੇ, ਗਿਆਨ ਦਾ ਪ੍ਰਕਾਸ਼ ਗੁਰਾਂ ਤੋਂ ਲੈ ਕੇ, ਉਹਨਾਂ ਨੂੰ ਤੇਰਾ ਗਿਆਨ ਹੋ ਜਾਂਦਾ ਕਿ ਰੱਬ ਵੱਡਾ ਹੈ, ਰੱਬ ਜੋ ਚਾਹੇ ਕਰ ਸਕਦਾ ਹੈ। ਫਿਰ ਉਹ ਤੇਰੇ ਡਰ ਵਿੱਚ ਹੋ ਜਾਂਦੇ ਜਦ ਤੈਨੂੰ ਜਾਣ ਲੈਂਦੇ ਨੇ। ਜਦ ਤੱਕ ਤੈਨੂੰ ਨਹੀਂ ਜਾਣਦੇ ਉਦੋਂ ਤੱਕ ਨਿਡਰ ਹੋ ਕੇ ਗਲਤੀਆਂ ਕਰੀ ਜਾਂਦੇ ਨੇ, ਅਤੇ ਫਿਰ ਜਮਦੂਤਾਂ ਤੋਂ ਡਰਦੇ ਨੇ ਵੀ ਹੁਣ ਮੈਨੂੰ ਮਾਰ ਪਵੇਗੀ। ਅਸਥਿਰ ਕਰਤਾ ਦੇਖੀਐ ਹੋਰ ਕੀਤੀ ਆਵੇ ਜਾਏ। ਹੋਰ ਜਿੰਨੀ ਦੁਨੀਆ ਆਪਾਂ ਦੇਖਦੇ ਹਾਂ ਸਭ ਆਉਣੀ ਜਾਣੀ ਖੇਡ ਹੈ। ਆਈ ਜਾਂਦੇ ਨੇ ਜੰਮ ਕੇ, ਜਾਈ ਜਾਂਦੇ ਨੇ ਮਰ ਕੇ। ਅਸਥਿਰ ਕਰਤਾ ਦੇਖੀਐ, ਇੱਕ ਤੂੰ ਹੀ ਅਚੱਲ ਦੇਖਿਆ ਜਾਂਦਾ, ਹੋਰ ਕੋਈ ਅਚੱਲ ਨਹੀਂ ਹੈ ਸੰਸਾਰ ਦੇ ਤਿੰਨਾਂ ਲੋਕਾਂ ਦੇ ਵਿੱਚ। ਆਪੇ ਨਿਰਮਲ ਏਕ ਤੂੰ, ਹੋਰ ਬੰਦੀ ਧੰਦਾ ਪਾਏ। ਹੋਰ ਸਾਰੀ ਦੁਨੀਆਂ ਧੰਦਿਆਂ ਚ ਪਾ ਕੇ ਤੁਸੀਂ ਬੰਨੀ ਹੋਈ ਹੈ, ਇੰਨੇ ਬੰਧਨ ਪਾਏ ਹੋਏ ਨੇ, ਇਧਰ ਨੂੰ ਚੱਲ ਹੀ ਨਹੀਂ ਸਕਦੇ ਭਗਤੀ ਦੇ ਮਾਰਗ ਤੇ। ਇੱਕ ਤੂੰ ਆਪ ਹੀ ਸ਼ੁੱਧ ਸਰੂਪ ਹੈ ਪਰਮਾਤਮਾ। ਗੁਰ ਰਾਖੇ ਸੇ ਉਭਰੇ, ਸਾਚੇ ਸਿਉਂ ਲਿਵ ਲਾਏ। ਜਿਨ੍ਹਾਂ ਦੇ ਰਾਖੇ ਸਤਿਗੁਰੂ ਆਪ ਹੋਏ ਨੇ ਉਹ ਬੰਦੇ ਬਚ ਗਏ ਨੇ। ਕਿਵੇਂ ਬਚੇ ਜੀ? ਕਹਿੰਦੇ ਉਹਨਾਂ ਦੀ ਬਿਰਤੀ ਪਰਮਾਤਮਾ ਨਾਲ ਜੋੜ ਦਿੱਤੀ, ਧੰਦਿਆਂ ਤੋਂ ਤੋੜ ਕੇ ਪਰਮਾਤਮਾ ਨਾਲ ਜਦ ਜੋੜੇ, ਉਹਨਾਂ ਨੂੰ ਜਮਦੂਤਾਂ ਤੋਂ ਬਚਾ ਲਿਆ ਮਹਾਰਾਜ ਨੇ। ਕਹਿੰਦੇ ਪਰਮਾਤਮਾ ਨਾਲ ਜੁੜੇ ਰਹੋ, ਬਾਕੀ ਦੇ ਕੰਮ ਤਾਂ ਹੋਈ ਹੋ ਜਾਣੇ ਹੈ, ਉਹ ਤਾਂ ਪ੍ਰਲਬਧ ਹੈ, ਆਣੀ ਜਾਣੀ ਖੇਡ ਹੈ, ਤੁਸੀਂ ਇਹਦੇ ਨਾਲ ਨਾ ਜੁੜੋ, ਪਰਮਾਤਮਾ ਨਾਲ ਜੁੜੇ ਰਹੋ, ਬਾਕੀ ਦੇ ਕੰਮ ਆਪੇ ਹੀ ਠੀਕ ਹੁੰਦੇ ਤੁਰੇ ਜਾਣੇ ਨੇ। ਹਰ ਜੀ ਉਹ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ। ਜੋ ਸੱਚੇ ਗੁਰਾਂ ਦੇ ਬਚਨਾਂ ਵਿੱਚ ਰੰਗੇ ਗਏ ਨੇ, ਬਚਨਾਂ ਦੁਆਰੇ ਸੱਚਨਾਮ ਵਿੱਚ ਜਿਹੜੇ ਲਾਗੇ ਨੇ, ਉਹਨਾਂ ਨੇ ਫਿਰ ਕੀ ਕੀਤਾ? ਹਰ ਜੀ ਉਹ ਸ਼ਬਦ ਪਛਾਣੀ ਹੈ, ਉਹਨਾਂ ਨੇ ਬ੍ਰਹਮ ਨੂੰ ਪਛਾਣ ਲਿਆ ਸ਼ਬਦ ਦੇ ਨਾਲ। ਸ਼ਬਦ ਬ੍ਰਹਮ ਹੀ ਹੈ, ਸ਼ਬਦ ਜਪ ਕੇ ਸ਼ਬਦ ਨੂੰ ਹੀ ਪ੍ਰਗਟ ਕਰ ਲਿਆ। ਸ਼ਬਦ ਦਾ ਇੱਕ ਰੂਪ ਹੈ ਲਿਖਿਆ ਹੋਇਆ, ਇੱਕ ਰੂਪ ਹੈ ਅਭਿਆਸ ਕਰਕੇ ਇਸੇ ਨੂੰ ਪ੍ਰਗਟ ਕਰ ਲੈਣਾ। ਇਹੀ ਸ਼ਬਦ ਹੈ ਜਿਹਨੂੰ ਪਹਿਲਾਂ ਬੋਲ ਕੇ ਕਹਿੰਦੇ, ਅੱਖਰਾਂ ਦੇ ਨਾਲ ਲਿਖਿਆ, ਵਾਹਿਗੁਰੂ ਵਾਹਿਗੁਰੂ ਅੱਖਰਾਂ ਚ ਲਿਖਿਆ, ਫਿਰ ਇਹਦਾ ਅਭਿਆਸ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ, ਫਿਰ ਇਹੀ ਪ੍ਰਕਾਸ਼ਮਾਨ ਹੋ ਜਾਂਦਾ। ਇਹੀ ਸ਼ਬਦ ਵਾਹਿਗੁਰੂ ਹੈ, ਇਸੇ ਦਾ ਹੀ ਅਭਿਆਸ ਕਰੀ ਜਾਂਦੇ ਆਪਾਂ। ਇਸ ਤਰ੍ਹਾਂ ਉਹਨਾਂ ਨੇ ਪਛਾਣ ਲਿਆ ਬ੍ਰਹਮ ਨੂੰ ਸ਼ਬਦ ਦੇ ਰਾਹੀਂ। ਤਿਤ ਤਨ ਮੈਲ ਨਾ ਲੱਗੇ ਸੱਚ ਕਰ ਜਿਸ ਓਤਾਕ। ਜਿਹਨੇ ਸੱਚੇ ਸਰੂਪ ਰੂਪ ਘਰ ਵਿੱਚ ਆਪਣਾ ਓਤਾਕ ਬਣਾਇਆ ਨਾ, ਘਰ ਬਣਾਇਆ, ਸੱਚੇ ਸਰੂਪ ਘਰ ਨੂੰ ਜਿਹਨੇ ਵਿਸ਼ੇਸ਼ ਕਰਕੇ ਤੱਕਿਆ ਹੈ, ਉਹਨਾਂ ਦੇ ਸੂਖਮ ਸਰੀਰ ਅੰਤਕਰਨ ਨੂੰ ਕੋਈ ਪਾਪਾਂ ਰੂਪ ਮੈਲ ਨਹੀਂ ਲੱਗਦੀ, ਜਿਨ੍ਹਾਂ ਨੇ ਸੱਚੇ ਵੱਲ ਧਿਆਨ ਦੇ ਦਿੱਤਾ ਆਪਣਾ। ਕਿਉਂਕਿ ਸੱਚਾ ਜਦੋਂ ਬਾਂਹ ਫੜਦਾ ਫਿਰ ਆਪੇ ਕੱਢਣਾ ਸ਼ੁਰੂ ਕਰਨ ਦਾ ਸਿੱਖ ਨੂੰ। ਨਦਰ ਕਰੇ ਸੱਚ ਪਾਈ ਹੈ ਬਿਨ ਨਾ ਵੈ ਕਿਆ ਸਾਕ। ਜਿਹਦੇ ਉੱਤੇ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਹ ਸੱਚ ਸਰੂਪ ਨੂੰ ਪ੍ਰਾਪਤ ਕਰ ਲੈਂਦਾ। ਨਾਮ ਸਿਮਰਨ ਤੋਂ ਬਿਨਾਂ ਸਰੂਪ ਨਾਲ ਸੰਬੰਧ ਹੈ, ਅਰਥਾਤ ਕੋਈ ਸੰਬੰਧ ਨਹੀਂ, ਕਹਿਣ ਤੋਂ ਭਾਵ ਹੈ ਬਿਨ ਨਾਵੈ ਕਿਆ ਸਾਕ। ਨਦਰ ਕਰੇ ਸੱਚ ਪਾਈ ਹੈ, ਜਿਹਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਸੇ ਨੂੰ ਸਰੂਪ ਦੀ ਪ੍ਰਾਪਤੀ ਹੈ ਸੱਚੇ ਪ੍ਰਮਾਤਮਾ ਦੀ। ਜਿਹੜੇ ਨਾਮ ਤੋਂ ਬਿਨਾਂ ਨੇ ਬਿਨ ਨਾਵੈ ਕਿਆ ਸਾਕ, ਕਹਿੰਦੇ ਬਿਨਾਂ ਨਾਮ ਤੋਂ ਕਾਹਦਾ ਰਿਸ਼ਤਾ ਆਪਣਾ? ਰੱਬ ਦੇ ਪਿਆਰਿਆਂ ਦਾ ਰਿਸ਼ਤਾ ਨਾਮ ਕਰਕੇ ਹੀ ਆ ਰੱਬ ਨਾਲ। ਜੇ ਨਾਮ ਨਹੀਂ ਜਪਦੇ ਮਹਾਰਾਜ ਕਹਿੰਦੇ ਫਿਰ ਕਾਹਦਾ ਰਿਸ਼ਤਾ ਆਪਣਾ? ਇਸੇ ਤਰ੍ਹਾਂ ਹੀ ਦੋਸਤਾਂ ਮਿੱਤਰਾਂ ਨੂੰ ਵੀ ਕਹੋ, ਰਿਸ਼ਤੇਦਾਰਾਂ ਨੂੰ ਵੀ ਕਹੋ ਵੀ ਜਦ ਤੂੰ ਨਾਮ ਨਹੀਂ ਜਪਦਾ ਫਿਰ ਆਪਣਾ ਕੀ ਸੰਬੰਧ ਹੈ, ਜਾਂ ਨਿਤਨੇਮ ਨਹੀਂ ਕਰਦਾ ਫਿਰ ਆਪਣਾ ਕਾਹਦਾ ਸੰਬੰਧ ਹੈ? ਸਾਡਾ ਤਾਂ ਸੰਬੰਧੀ ਉਹ ਹੈ ਬਹੁਤ ਹੀ ਬਾਣੀ ਪੜ੍ਹਨ ਵਾਲਾ, ਬਹੁਤਾ ਸਿਮਰਨ ਕਰਨ ਵਾਲਾ, ਸਾਡਾ ਸਾਖ ਸੰਬੰਧੀ ਤਾਂ ਉਹੀ ਹੈ। ਜਿੰਨੀ ਸੱਚ ਪਛਾਣਿਆ ਸੇ ਸੁਖੀਏ ਯੁਗ ਚਾਰ। ਉਹ ਚਾਰੇ ਯੁੱਗਾਂ ਵਿੱਚ ਸੁਖੀ ਰਹੇ ਨੇ, ਚਾਰੇ ਯੁੱਗਾਂ ਵਾਲੇ ਸੰਸਾਰ ਵਿੱਚ ਉਹ ਸੁਖੀ ਨੇ ਜਿਨ੍ਹਾਂ ਨੇ ਸੱਚੇ ਨਾਮ ਦਾ ਸਿਮਰਨ ਕਰਨਾ ਪਛਾਣ ਲਿਆ। ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰ ਤਾਰ। ਕਿਉਂਕਿ ਉਹਨਾਂ ਨੇ ਪਦਾਰਥਾਂ ਦੀ ਹੰਗਤਾ, ਮਮਤਾ ਅਤੇ ਤ੍ਰਿਸ਼ਨਾ ਨੂੰ ਮਾਰ ਕੇ ਇੱਕ ਸੱਚੇ ਨਾਮ ਨੂੰ ਹਿਰਦੇ 'ਚ ਟਿਕਾ ਲਿਆ, ਸਾਰੀ ਚੀਜ਼ ਅੰਦਰੋਂ ਮੁਕਾ ਤੀ, ਨਾਮ ਨੂੰ ਹਿਰਦੇ 'ਚ ਬਿਠਾ ਲਿਆ ਕਿ ਤੁਸੀਂ ਉਹ ਹੀ ਬੈਠੋ ਵਾਹਿਗੁਰੂ ਜੀ ਹਿਰਦੇ 'ਚ। ਇਹ ਚੀਜ਼ਾਂ 'ਤੇ ਮੈਨੂੰ ਜਿਉਂ ਬਚਪਨ ਤੋਂ ਲੈ ਕੇ ਬੜਾ ਖਰਾਬ ਕੀਤਾ,
ਇਹਨਾਂ ਤੋਂ ਮੇਰਾ ਪਿੱਛਾ ਛਡਾਓ ਜੀ, ਤੁਸੀਂ ਮੇਰੇ ਹਿਰਦੇ 'ਚ ਬੈਠ ਕੇ ਸ਼ਾਂਤੀ ਪ੍ਰਦਾਨ ਕਰੋ, ਮੇਰੇ 'ਤੇ ਮਿਹਰ ਕਰੋ। ਜਗ ਮਹਿਲਾ ਏਕ ਨਾਮ ਪਾਈਐ ਗੁਰ ਵਿਚਾਰ। ਜਗਤ ਦੇ ਵਿੱਚ ਤਾਂ ਇੱਕ ਨਾਮ ਦਾ ਹੀ ਲਾਭ ਹੈ ਬਸ, ਇਹ ਗੁਰਾਂ ਦੇ ਵਿਚਾਰ ਦੁਆਰਾ, ਸ਼ਬਦ ਦੇ ਵਿਚਾਰ ਦੁਆਰਾ, ਜਦੋਂ ਆਪਾਂ ਬੈਠ ਕੇ ਸ਼ਬਦ ਦੀ ਵਿਚਾਰ ਕਰਦੇ ਹਾਂ, ਇਹੀ ਸਾਰਿਆਂ ਨਾਲੋਂ ਵੱਡੀ ਚੀਜ਼ ਹੈ ਬਾਣੀ ਦੀ ਵਿਚਾਰ ਕਰਨੀ, ਜਪਜੀ ਸਾਹਿਬ ਪੜ੍ਹਨਾ, ਨਾਲ ਨਾਲ ਸੋਚਣਾ ਕੀ ਲਿਖਿਆ ਹੋਇਆ ਹੈ, ਜਾਪ ਸਾਹਿਬ ਪੜ੍ਹਨਾ, ਸਵਈਏ ਸਵਈਆਂ 'ਚ ਲਿਖਿਆ ਮਹਾਰਾਜ ਸਾਚ ਕਹੋ ਸੁਣ ਲਿਓ ਸਭਾ ਜਿਨ ਪ੍ਰੇਮ ਕੀ ਉਤਨ ਹੀ ਪ੍ਰਭ ਪਾਇਓ। ਇਸ ਕਰਕੇ ਪੂਰਨ ਹੋਏ ਚਿੱਤ ਕੀ ਇੱਛਾ ਤੇਰੀ ਭਾਈ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਮਹਾਰਾਜ ਜੀ ਸਾਡੇ 'ਤੇ ਕਿਰਪਾ ਕਰੋ, ਕਹਿੰਦੇ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਪਾਰ ਬ੍ਰਹਮ ਦੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਸਾਰੇ ਝੋਰੇ ਖਤਮ ਹੋ ਜਾਂਦੇ ਨੇ, ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਪੜ੍ਹਨੀ ਤਾਂ ਹੈ ਹੀ ਪਰ ਨਾਲ ਸੁਣਨੀ ਵੀ, ਕਹਿੰਦੇ ਕੰਨਾਂ ਨਾਲ ਜਦੋਂ ਬਾਣੀ ਸੁਣੀ ਤਾਂ ਵਿਚਾਰਨੀ ਵੀ ਹੈ, ਬਸ ਵਿਚਾਰ ਨਹੀਂ ਸ਼ਾਂਤੀ ਦੇਣੀ ਅੰਦਰ, ਜਦ ਤੱਕ ਉਹਦੀ ਵਿਚਾਰ ਨਹੀਂ ਹਿਰਦੇ ਜਾਂਦੀ ਸ਼ਬਦ ਦੀ, ਉਦੋਂ ਤੱਕ ਮਨ ਨੂੰ ਸ਼ਾਂਤੀ ਨਹੀਂ ਮਿਲ ਸਕਦੀ। ਸੱਚੋ ਵੱਖਰ ਸੱਚੋ ਵੱਖਰ ਲਾਦੀ ਹੈ, ਲਾਭ ਸਦਾ ਸੱਚ ਰਾਸ। ਜਿਨ੍ਹਾਂ ਨੇ ਸੱਚੀ ਸ਼ਰਧਾ ਰੂਪ ਰਾਸ ਹੁੰਦੀ ਪੂੰਜੀ ਕਰਕੇ ਸੱਚ ਨਾਮ ਰੂਪ ਸੌਦਾ ਲੱਦ ਲਿਆ ਨਾ, ਸੋ ਬੁੱਧੀ ਰੂਪ ਬੈਲ ਦੇ ਉੱਤੇ, ਉਹਨਾਂ ਨੂੰ ਸਦਾ ਹੀ ਆਤਮਕ ਲਾਭ ਹੋਇਆ, ਉਹਨਾਂ ਨੇ ਹਿਰਦਾ ਨਾਮ ਦੇ ਨਾਲ ਹੀ ਭਰ ਲਿਆ। ਜਿਨ੍ਹਾਂ ਦਾ ਹਿਰਦਾ ਅੰਦਰੋਂ ਵਿਕਾਰਾਂ ਨਾਲ ਭਰਿਆ ਹੋਇਆ, ਵਿਸ਼ਿਆਂ ਨਾਲ ਭਰਿਆ, ਮਾੜੀਆਂ ਗੱਲਾਂ ਨਾਲ ਭਰਿਆ, ਉਹ ਜਮਦੂਤਾਂ ਦਾ ਖਾਜਾ ਹੋ ਜਾਂਦੇ ਨੇ। ਜਮਦੂਤ ਉਹਨਾਂ ਨੂੰ ਪਾ ਕੇ ਲੈ ਜਾਂਦੇ ਨੇ ਆ ਕੇ ਜਾਲ 'ਚ। ਜਿਸ ਹਿਰਦੇ 'ਚ ਕੇਵਲ ਨਾਮ ਹੈ ਵਸਿਆ ਹੋਇਆ, ਉੱਥੇ ਸਿਰਫ ਆਪ ਹੀ ਆਪ ਹੈ, ਉਹ ਜਿਉਂਦੇ ਜੀ ਪਰਮੇਸ਼ਰ ਦਾ ਬਣ ਗਿਆ, ਜਿਉਂਦੇ ਜੀ ਉਹ ਬਣ ਗਿਆ ਐਸਾ ਕਿ ਜੀਵਨ ਮੁਕਤ ਹੋ ਗਿਆ, ਜਿਉਂਦੇ ਜੀ ਹੀ ਮੁਕਤ ਹੋ ਗਿਆ। ਸੱਚੀ ਦਰਗਹਿ ਵੈਸਈ ਭਗਤ ਸੱਚੀ ਅਰਦਾਸ। ਜੋ ਭਗਤ ਭਗਤੀ ਸਹਿਤ ਹੋ ਕੇ ਸੱਚੀ ਅਰਦਾਸ ਕਰਦਾ ਨਾ, ਉਹ ਸੱਚੀ ਦਰਗਾਹ ਵਿੱਚ ਹੀ ਬੈਠਦਾ। ਜਿਵੇਂ ਕੋਈ ਮਹਾਂਪੁਰਖ ਰਾਤ ਨੂੰ ਸਮਾਧੀ ਲਾ ਕੇ ਬੈਠੇ, ਦੋ ਸੇਵਕ ਸੀ ਉਹਨਾਂ ਦੇ, ਇੱਕ ਬਾਣੀ ਬੜੇ ਪਿਆਰ ਨਾਲ ਪੜਿਆ ਕਰੇ ਤੇ ਇੱਕ ਐਵੇਂ ਸੀ ਨਾਸਤਕ ਜਿਹਾ। ਉਸ ਵਕਤ ਮਹਾਂਪੁਰਖ ਕਹਿੰਦੇ ਸਮਾਧੀ 'ਚ ਉੱਠ ਕੇ, ਕਹਿੰਦੇ ਤੈਨੂੰ ਤਾਂ ਮੈਂ ਸੱਚਖੰਡ ਦੇਖਿਆ ਸੀ ਬਈ, ਆਹ ਜਿਹੜਾ ਦੂਜਾ ਆਪਣਾ ਆੜੀ ਇਹ ਨਹੀਂ ਜਾਂਦਾ ਉੱਥੇ। ਕਹਿਣ ਤੋਂ ਭਾਵ ਜਦੋਂ ਆਪਾਂ ਇੱਥੇ ਬਹਿਨੇ ਸਮਾਧੀ ਲਾ ਕੇ, ਸੱਚਖੰਡ ਆਪਣੀ ਹਾਜ਼ਰੀ ਲੱਗ ਜਾਂਦੀ ਹੈ। ਸੱਚਖੰਡ ਵਾਲਿਆਂ ਨੂੰ ਪਤਾ ਕਿ ਉਹ ਫਲਾਨਾ ਬੰਦਾ ਬਾਣੀ ਬੜੀ ਸਮਾਧੀ ਲਾ ਕੇ ਪੜ੍ਹਦਾ, ਧਿਆਨ ਨਾਲ ਪੜ੍ਹਦਾ, ਉਹਦੀ ਉੱਥੇ ਥਾਂ ਬਣਨੀ ਸ਼ੁਰੂ ਹੋ ਜਾਂਦੀ ਵੀ ਇੱਥੇ ਫਲਾਨੇ ਨੇ ਆ ਕੇ ਬਹਿਣਾ ਬਈ, ਉੱਥੇ ਬਾਣੀ ਪੜ੍ਹਦਾ, ਸੰਗਤ ਵਿੱਚ ਬੈਠਦਾ, ਜੁੜਦਾ ਪਿਆਰ ਨਾਲ। ਮਹਾਰਾਜ ਕਹਿੰਦੇ ਉਹ ਦਰਗਾਹ ਦੇ ਵਿੱਚ ਇੱਥੋਂ ਮਨ ਇੱਥੋਂ ਹੀ ਹੁਣ ਬੈਠਾ ਹੈ, ਜਿਵੇਂ ਆਪਾਂ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਕਥਾ ਸੁਣਦੇ ਹਾਂ, ਇਹ ਦਰਗਾਹ ਵਿੱਚ ਵੀ ਨਾਲ ਨਾਲ ਥਾਂ ਬਣ ਜਾਂਦੀ ਉਹਦੀ। ਪਤ ਸਿਉਂ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ। ਜਿਨ੍ਹਾਂ ਦੇ ਅੰਦਰ ਰਾਮ ਦੇ ਨਾਮ ਦਾ ਚਾਨਣ ਹੋ ਗਿਆ, ਉਹਨਾਂ ਦਾ ਕਰਮਾਂ ਦਾ ਹਿਸਾਬ ਕਿਤਾਬ ਇੱਜ਼ਤ ਨਾਲ ਮੁੱਕੀ ਜਾਂਦਾ। ਛੱਡੋ ਜੀ ਇਹਦਾ ਹਿਸਾਬ ਕਿਤਾਬ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਉਹਦੀ ਸਾਰੀ ਫਾਈਲ ਜੀ ਪਾੜ ਕੇ ਧਰਮ ਰਾਜਾ ਸੁੱਟ ਦਿੰਦਾ, ਕਹਿੰਦੇ ਬਈ ਨਾਮ ਨਾਲ ਜੁੜ ਗਿਆ ਹੈ। ਉੱਚਾ ਉੱਚਾ ਆਖੀ ਹੈ ਕਹੋ ਨਾ ਦੇਖਿਆ ਜਾਏ। ਜੋ ਉੱਚਿਆਂ ਤੋਂ ਵੀ ਉੱਚਾ ਆਖੀ ਦਾ ਨਾ ਉਹ ਵਾਹਿਗੁਰੂ, ਕਹਿੰਦੇ ਕਿਵੇਂ ਨਹੀਂ ਦੇਖਿਆ ਜਾਂਦਾ, ਕਹਿੰਦੇ ਨਹੀਂ ਦੇਖਿਆ ਜਾ ਸਕਦਾ। ਉਹ ਵਾਹਿਗੁਰੂ ਪ੍ਰਭੂ ਜਿਹੜਾ ਨਾ, ਗੁਰੂ ਤੋਂ ਬਿਨਾਂ ਆਪਣੇ ਆਪ ਕਿਸੇ ਤਰ੍ਹਾਂ ਨਹੀਂ ਦੇਖਿਆ ਜਾ ਸਕਦਾ, ਸਤਿਗੁਰੂ ਹੀ ਦਿਖਾ ਸਕਦੇ ਨੇ ਪਰਮਾਤਮਾ ਨੂੰ। ਜਹ ਦੇਖਾ ਤਹਿ ਏਕ ਤੂੰ ਸਤਿਗੁਰ ਦੀ ਯਾਦ ਦਿਖਾਏ। ਕਹਿੰਦੇ ਵਾਹਿਗੁਰੂ ਮੈਂ ਹੁਣ ਜਿੱਥੇ ਦੇਖਦਾ ਉੱਥੇ ਹੀ ਤੂੰ, ਉੱਥੇ ਹੀ ਤੂੰ, ਹਰ ਜਗ੍ਹਾ ਤੂੰ ਤੂੰ ਤੂੰ, ਤੇਰਾ ਸਰੂਪ ਮੈਨੂੰ ਸਤਿਗੁਰਾਂ ਨੇ ਦਿਖਾਇਆ। ਗੁਰਾਂ ਨੇ ਮੇਰੇ ਮਸਤਕ 'ਤੇ ਐਸਾ ਹੱਥ ਰੱਖਿਆ, ਮੇਰੀ ਅੰਦਰੋਂ ਦਿਵ ਦ੍ਰਿਸ਼ਟੀ ਖੋਲ੍ਹਤੀ। ਕਹਿੰਦੇ ਦੇਖ ਚਾਰੇ ਪਾਸੇ ਇੱਕ ਓੰਕਾਰ, ਚਾਰੇ ਪਾਸੇ ਵਾਹਿਗੁਰੂ, ਦੇਖ ਆਪਣੇ ਸਰੀਰ 'ਤੇ ਵੀ ਵਾਹਿਗੁਰੂ ਲਿਖਿਆ, ਸਾਰੇ ਸਰੀਰ 'ਤੇ ਇੱਕ ਓੰਕਾਰ ਲਿਖਿਆ ਨਜ਼ਰ ਆ ਜਾਂਦਾ, ਹਿਰਦੇ 'ਚ ਇੱਕ ਓੰਕਾਰ, ਸੀਸ 'ਤੇ ਇੱਕ ਓੰਕਾਰ, ਬ੍ਰਹਿਮੰਡ ਵਿੱਚ ਇੱਕ ਓੰਕਾਰ, ਸਾਰੇ ਤਾਰੇ ਇੱਕ ਓੰਕਾਰ ਨਜ਼ਰ ਆਉਂਦੇ ਨੇ, ਸਾਰੀ ਧਰਤੀ ਦੇ ਮਨੁੱਖੀ ਇੱਕ ਓੰਕਾਰ ਦਿਖੀ ਜਾਂਦੇ ਨੇ।
ਉਹਦੀ ਅਵਸਥਾ ਹੀ ਐਸੀ ਬਣ ਜਾਂਦੀ ਹੈ। ਪੂਰਿਆਂ ਗੁਰਾਂ ਨੇ ਐਸੀ ਕਿਰਪਾ ਕਰਕੇ ਸਟੇਜ ਬਣਾ ਤੀ ਅੰਦਰਲੀ ਅਵਸਥਾ, ਦਿਵ ਦ੍ਰਿਸ਼ਟੀ ਖੋਲ ਦਿੱਤੀ ਉਹਦੀ। ਜੋਤ ਨਿਰੰਤਰ ਜਾਣੀਆ ਹੈ ਨਾਨਕ ਸਹਿਜ ਸੁਭਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਸਹਿਜ ਸੁਭਾਵਕ ਸੁਤੇ ਸਿੱਧੀ। ਆਪ ਜੀ ਦੀ ਜੋਤ ਸਾਰਿਆਂ ਵਿੱਚ ਨਿਰੰਤਰ ਹੁੰਦਾ ਇੱਕ ਰਸ ਜਾਣ ਲਈ। ਜੋਤ ਨਿਰੰਤਰ ਜਾਣੀ ਹੈ ਨਾਨਕ ਸਹਿਜ ਸੁਭਾਏ, ਕਹਿੰਦੇ ਇਉਂ ਜਾਣ ਲਈ ਦੀ ਹੈ। ਨਾਨਕ ਇਹ ਵਹਿ ਜਾਣੀ ਹੈ ਸਭ ਆਪੇ ਸਚਿਆਰ। ਸਚਿਆਰ ਨੂੰ ਸਾਰੇ ਥਾਈਂ ਜਾਣ ਲਿਆ, ਉਹਦੀ ਜੋਤ ਹਰੇਕ ਵਿੱਚ ਜਾਣ ਲਈ ਦੂਜਾ ਹੀ ਨਜ਼ਰ ਨਹੀਂ ਆਉਂਦਾ, ਕੋਈ ਦੂਜਾ ਹੈ ਹੀ ਨਹੀਂ। ਭਾਈ ਘਨੱਈਆ ਜੀ ਸਾਰਿਆਂ ਨੂੰ ਜਲ ਪਿਆਈ ਜਾਂਦੇ ਨੇ, ਸ਼ਿਕਾਇਤ ਹੋ ਗਈ, ਕਹਿੰਦੇ ਭਾਈ ਘਨੱਈਆ ਤੂੰ ਸਾਰਿਆਂ ਨੂੰ ਜਲ ਪਿਆਈ ਜਾਂਦਾ, ਪਹਾੜੀਆਂ ਨੂੰ ਵਿੱਚੇ, ਤੁਰਕਾਂ ਨੂੰ ਵਿੱਚੇ, ਸਿੰਘਾਂ ਨੂੰ। ਕਹਿੰਦੇ ਪਾਤਸ਼ਾਹ ਮੈਨੂੰ ਤਾਂ ਕੋਈ ਦਿਖਦਾ ਨਹੀਂ ਪਹਾੜੀ ਤੁਰਕ ਜਾਂ ਕੋਈ ਹਿੰਦੂ ਮੁਸਲਮਾਨ ਸਿੱਖ। ਕਹਿੰਦੇ ਕਿਉਂ? ਮੈਨੂੰ ਤਾਂ ਪਾਤਸ਼ਾਹ ਤੂੰ ਹੀ ਦਿਖਦਾ ਸਾਰਿਆਂ 'ਚ, ਮੈਨੂੰ ਦੂਜਾ ਦਿਖਦਾ ਹੀ ਨਹੀਂ। ਹੱਸ ਕੇ ਕਹਿਣ ਲੱਗੇ ਤੇਰੀ ਤਾਂ ਭਾਈ ਅਵਸਥਾ ਹੀ ਉੱਥੇ ਚਲੀ ਗਿਆ, ਲਫੜ ਮੱਲਮ ਵੀ ਲਾ ਦਿਆ ਕਰ ਫਿਰ। ਇਸ ਕਰਕੇ ਜੋਤ ਨਿਰੰਤਰ ਜਾਣੀ ਆ ਨਾਨਕ ਸਹਿਜ ਸੁਭਾਏ। ਗੁਰੂ ਦੀ ਕਿਰਪਾ ਨਾਲ ਸੁਤੇ ਸਿੱਧੀ ਸਾਰਿਆਂ ਅੰਦਰ ਜੋਤ ਦੇਖ ਲਈ, ਸਾਰਿਆਂ ਵਿੱਚ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਨਜ਼ਰ ਆਉਂਦਾ, ਦੂਜਾ ਨਜ਼ਰ ਹੀ ਨਹੀਂ ਆਉਂਦਾ। ਅਬ ਤੂੰ ਹੀ ਮੈਂ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਵਾਹਿਗੁਰੂ 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 ਰਸਨਾ ਜਪਤੀ ਤੂੰ ਹੀ ਤੂੰ ਹੀ ਰਸਨਾ ਜਪਤੀ ਤੂੰ ਹੀ ਤੂੰ ਹੀ ਰਸਨਾ ਜਪਤੀ ਰਸਨਾ ਜਪਤੀ ਤੂੰ ਹੀ ਤੂੰ ਹੀ ਰਸਨਾ ਜਪਤੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਵਾਹਿਗੁਰੂ ਤੂੰ ਹੀ ਤੂੰ ਹੀ ਵਾਹਿਗੁਰੂ 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 ਵਾਹਿਗੁਰੂ